ਤੇ ਜੋ ਡੀਸੀ ਦਫ਼ਤਰ ਦੇ ਵਿੱਚ ਹੋਈ ਆ ਤਸਵੀਰਾਂ ਦੇਖ ਲਓ ਤੁਸੀਂ ਡੀਸੀ ਦਫ਼ਤਰ ਦੀਆਂ ਡੀਸੀ ਦਫ਼ਤਰ ਦੀਆਂ ਤਸਵੀਰਾਂ ਦੇਖ ਰਹੇ ਹੋ ਗੁਰਦਾਸਪੁਰ ਦੀਆਂ ਜਿਹੜਾ ਪਰਚਾ ਦੇਣਾ ਦਰਿਆ ਬੈਠੇ ਇਹ ਕੋਈ ਤਰੀਕਾ ਬਾਹਰ ਮਾਮਾ ਲੱਗਦਾ ਬਾਹਰ ਭੇਜਣ ਦਾ ਮਾਰਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਨੰਬਰ ਦਾ ਕਰਪਟ ਆ ਸਾਡਾ ਸਾਲ ਇੱਕ ਰਹਿ ਗਿਆ ਕਿਹੜਾ ਬੰਬ ਚੱਲ ਜਾਣਾ ਸਾਡੇ ਤੇ ਇੱਥੋਂ ਡੀਟੀ ਡੀਟੀਓ ਰਹਿ ਗਈ ਗਿਆ ਨੂੰ ਪਤਾ ਤੁਹਾਨੂੰ ਸ਼ਰੇਆਮ ਹੀ ਕਹਿ ਦੋ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਗੁਰਦਾਸਪੁਰ ਸ਼ਹਿਰ ਅੰਦਰ ਪੰਚਾਇਤੀ ਚੋਣਾਂ ਨੇ ਲੋਕਾਂ ਲਈ ਸਿਰਦਰਦੀ ਬਣਦੀਆਂ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ 5 ਵਜੇ ਦੇ ਕਰੀਬ ਨੇ ਤੇ ਲੋਕਾਂ ਦਾ ਵੱਡਾ ਇਕੱਠ ਜਿਹੜਾ ਅਜੇ ਵੀ ਇੱਥੇ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਇਸ ਨੂੰ ਲੈ ਕੇ ਅੱਜ ਜਿਹੜਾ ਹੈਗਾ ਆ ਵਿਧਾਇਕ ਬਰਿੰਦਰਵੀਰ ਸਿੰਘ ਪਾੜਾ ਪ੍ਰਤਾਪ ਸਿੰਘ ਬਾਜਵਾ ਤੇ ਸੁਖੀ ਰੰਧਾਵਾ ਜੀ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ MP ਨੇ ਗੁਰਦਾਸਪੁਰ ਦੇ ਉਹਨਾਂ ਦੀ ਜਿਹੜੀ ਹੈਗੀ ਆ ਤਿੱਖੀ ਬਹਿਸਬਾਜੀ ਹੋਈ ਆ DC ਸਾਹਿਬ ਦੇ ਨਾਲ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਸੈਕਟਰੀ ਨੇ ਜਿਨ੍ਹਾਂ ਵੱਲੋਂ ਚੁੱਲ੍ਹਾ ਪਰਚੀ ਜਿਹੜੀ ਆ ਦਿੱਤੀ ਜਾਣੀ ਆ ਉਹ ਚੁੱਲ੍ਹਾ ਪਰਚੀ ਦੇਣ ਲਈ ਆਪਣੇ ਦਫ਼ਤਰ ਵਿੱਚ ਪਿਛਲੇ 4 ਦਿਨਾਂ ਤੋਂ ਮੌਜੂਦ ਨਹੀਂ ਹੈਗੇ ਜਿਸ ਕਰਕੇ ਲੋਕਾਂ ਨੂੰ ਜਿਹੜੀ ਚੁੱਲ੍ਹਾ ਪਰਚੀ ਨਹੀਂ ਮਿਲ ਰਹੀ ਤੇ ਉਹ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਨੇ ਦਾਖਲ ਨਹੀਂ ਕਰਾ ਪਾ ਰਹੇ ਜਿਸ ਨੂੰ ਲੈ ਕੇ ਤਿੱਖੀ ਬਹਿਸਬਾਜੀ ਜਿਹੜੀ ਆ DC ਸਾਹਿਬ ਦੇ ਨਾਲ ਹੋਈ ਆ ਅੱਜ ਤੇ ਉਹਨਾਂ ਦਾ ਜਿਹੜਾ ਵਰਸ਼ਨ ਆ ਜਿਹੜਾ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਜਿਹੜੀ ਤਿੱਖੀ ਬਹਿਸਬਾਜੀ ਹੋਈ ਆ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ ਤੇ ਨਾਲ ਦੀ ਨਾਲ ਜਿਹੜੇ ਵਿਧਾਇਕ ਬਰਿੰਦਰਵੀਰ ਸਿੰਘ ਪਾੜਾ ਉਹਨਾਂ ਦੇ ਨਾਲ ਇਸ ਦੇ ਨਾਲ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਹੈਗਾ 3 ਥਾਣਿਆਂ ਦੀ ਪੁਲਿਸ ਜਿਹੜੀ ਆ ਉਹ ਇੱਥੇ ਅੱਜ BDPO ਦਫ਼ਤਰ ਵਿਖੇ ਤੈਨਾਤ ਕੀਤੀ ਗਈ ਆ ਇੱਥੇ ਜਿਹੜਾ ਹੈਗਾ ਸਿਟੀ ਪੁਲਿਸ ਸਦਰ ਪੁਲਿਸ ਤੇ ਤਿੱਬੜ ਪੁਲਿਸ ਦੇ ਜਿਹੜੇ 3 ਥਾਣਿਆਂ ਦੀ ਜਿਹੜੀ ਪੁਲਿਸ ਆ ਉੱਥੇ ਤੈਨਾਤ ਕੀਤੀ ਗਈ ਆ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਪਰ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਹੁੰਦੇ ਜ਼ਰੂਰ ਨਜ਼ਰ ਆ ਰਹੇ ਆ ਇਹਨਾਂ ਦਾ ਲੋਕਾਂ ਦਾ ਵੀ ਇਹੀ ਕਹਿਣਾ ਆ ਕਿ ਜਿਹੜੇ ਚੁੱਲ੍ਹਾ ਪਰਚੀ ਨਾ ਮਿਲਣ ਦੇ ਕਰਕੇ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਆ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕਰਨ ਦੇ ਵਿੱਚ ਉਹਨਾਂ ਨੂੰ ਜਿਹੜੇ ਅਸਮਰੱਥ ਨੇ ਤੇ ਜਿਹੜੇ ਸੈਕਟਰੀ ਨੇ ਉਹ ਇੱਥੇ ਜਿਹੜੇ ਮੌਜੂਦ ਨਹੀਂ ਹੈਗੇ ਜਿਸ ਕਰਕੇ ਲੋਕਾਂ ਨੂੰ ਇਹ ਸਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਮੇਰਾ ਖਿਆਲ 75 ਸਾਲਾਂ 'ਚ ਜਿਹੜੀ ਗਵਰਨਮੈਂਟ ਬਦਲਾਵ ਦੇ ਨਾਰੇ 'ਤੇ ਆਈ ਸੀ ਕਿ ਅਸੀਂ ਚੰਗੀਆਂ ਪ੍ਰੈਕਟਿਸਿਸ ਇੱਥੇ ਪੰਜਾਬ ਵਿੱਚ ਲੈ ਕੇ ਆਵਾਂਗੇ, ਮੈਂ ਸਮਝਦਾ ਕਿ ਸਾਰਿਆਂ ਨੂੰ ਵੱਧ ਜੇ ਗਦਰ ਕਿਸੇ ਗਵਰਨਮੈਂਟ 'ਚ ਮਚਿਆ ਤਾਂ ਉਹ ਇਸ ਪ੍ਰੈਜ਼ੈਂਟ ਸਰਕਾਰ 'ਚ ਮਚਿਆ। ਡੈਮੋਕਰੇਸੀ ਨੂੰ, ਲੋਕ ਰਾਜ ਨੂੰ ਜਿਹੜਾ ਸਾਰਿਆਂ ਨੂੰ ਮੁੱਢਲਾ ਉਹਦੇ ਵਿੱਚ ਕੇਂਦਰ ਹੈ ਉਹ ਹੈ ਪੰਚਾਇਤ ਦੀਆਂ ਇਲੈਕਸ਼ਨਾਂ। 70% ਪੰਜਾਬ ਪਿੰਡਾਂ ਵਿੱਚ ਵੱਸਦਾ। ਮੈਂ ਸਮਝਦਾ ਭਗਵੰਤ ਮਾਨ ਨੇ ਤੇ ਇਹਦੀ ਟੀਮ ਨੇ ਵੱਡਾ ਇੱਕ ਪਾਪ ਕੀਤਾ, ਬਹੁਤ ਵੱਡਾ ਮੈਂ ਪਾਪ ਗਿਣਨਾ ਇਸ ਗੱਲ ਨੂੰ ਕਿ ਤੁਸੀਂ ਪਹਿਲੀ ਗੱਲ ਤਾਂ ਇਲੈਕਸ਼ਨ ਕਰਾਉਣ ਦਾ ਤੁਹਾਡਾ ਮਤਲਬ ਹੀ ਹੈ ਨਹੀਂ ਸੀ, ਕਹਿਣ ਦਾ ਮਤਲਬ ਕਿ ਤੁਹਾਡੀ ਆਪਣੀ ਨੀਅਤ ਹੈ ਨਹੀਂ ਸੋਰੀ ਕਹਿਣ ਦਾ ਮਤਲਬ ਸੀ ਕਿ ਤੁਹਾਡੀ ਨੀਅਤ ਹੈ ਨਹੀਂ ਸੀ, ਓਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ 'ਤੇ ਤੁਹਾਨੂੰ ਇਹ ਮਜਬੂਰੀ ਨਾਲ ਕਰਾਉਣੀਆਂ ਪਈ। ਫਿਰ ਫਲੋਰ ਆਫ ਦੀ ਹਾਊਸ 'ਤੇ ਜਦੋਂ ਸੈਸ਼ਨ ਚੱਲ ਰਿਹਾ ਸੀ ਤਾਂ ਤ੍ਰਿਪੁਰ ਰਜਿੰਦਰ ਸਿੰਘ ਬਾਜਵਾ ਜੀ ਨੇ ਉੱਠ ਕੇ ਬਕਾਇਦਾਤਰ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ, ਮਾਨ ਸਾਹਿਬ ਪੰਚਾਇਤ ਦੀਆਂ ਇਲੈਕਸ਼ਨਾਂ ਤੁਸੀਂ ਕਰਨ ਲੱਗੇ ਹੋ, ਕੀ ਅਸੀਂ ਆਸ ਰੱਖੀਏ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦਿਓਗੇ ਫਰੀ ਐਂਡ ਫੇਅਰ? ਉੱਥੇ ਭਗਵੰਤ ਮਾਨ ਨੇ ਅਸ਼ੋਰੈਂਸ ਦਿੱਤੀ ਫਲੋਰ 'ਤੇ
ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ, ਕਿਸੇ ਨੂੰ ਵੀ ਰੋਕਿਆ ਨਹੀਂ ਚਾਹੇਗਾ। ਤੋ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਨੇ, ਮੈਂਬਰ ਆਫ ਪਾਰਲੀਮੈਂਟ ਸਾਡੇ ਬਾਜਵਾ ਸਾਹਿਬ ਨਾਲ ਨੇ ਜਿਹੜੇ ਪੰਚਾਇਤ ਦੇ ਖੁਦ ਮਿਨਿਸਟਰ ਰਹੇ ਨੇ 5 ਸਾਲ, ਪੜਾ ਜੀ ਸਾਡੇ ਨਾਲ ਨੇ ਜਿਹੜੇ ਸਾਡੇ MLA ਨੇ ਗੁਰਦਾਸਪੁਰ ਦੇ, ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪਿਆ। 2 ਦਿਨ ਹੋ ਗਏ ਨੇ ਸਾਰੇ MLAs ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਬੂਥ ਉੱਥੇ ਬਲੋਕਸ 'ਤੇ ਜਾਣ 'ਤੇ। ਪਹਿਲੀ ਗੱਲ ਤਾਂ ਮਜੋਰਿਟੀ ਸੈਕਟਰੀ ਜਿਹੜਾ ਮੈਂ ਸਮਝਣਾ ਜੂਨੀਅਰ ਮੋਸਟ ਆਫਿਸਰ, ਉਹ ਬੰਦਾ ਅਵੇਲੇਬਲ ਹੀ ਕੋਈ ਨਹੀਂ ਹੋ ਰਿਹਾ, ਟੈਲੀਫੋਨ ਔਫ ਕਰਤੇ ਨੇ। ਜਦੋਂ ਕਿਤੇ ਗਲਤੀ ਨਾਲ ਕੋਈ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ 'ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ BDPOs ਦਾ, BDPO ਕਹਿ ਦਿੰਦਾ ਮੇਰੇ 'ਤੇ DDPO ਦਾ, DDPO ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ। ਹੁਣ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਕੇ ਆਏ, 2 ਘੰਟੇ ਬੈਠ ਕੇ ਆਏ, ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜਿਹੜੀ ਹੈ। ਲਿਪ ਸਰਵਿਸ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ, ਕੰਪਲੀਟ ਦਿਨ ਵੇਸਟ ਕਰ ਦਿੱਤੇ ਗਏ। ਅੱਜ ਦਾ ਦਿਨ 2 ਵੱਜ ਗਏ ਨੇ, ਆਲਮੋਸਟ ਦਿਨ ਇਹ ਟੱਪ ਗਿਆ ਅਤੇ 2 ਛੁੱਟੀਆਂ ਨੇ, ਤਾਂ ਹੁਣ ਇਕੱਲੀ 4 ਤਰੀਕ। ਤੋ ਮੈਂ ਸਮਝਦਾ ਸਾਡੀ ਜੋ ਸਾਨੂੰ ਨਜ਼ਰ ਆਉਂਦਾ ਪੋਲੀਟੀਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ, ਕਿਉਂਕਿ ਆਪ ਦੀ ਆਪਣੀ ਗਰਾਊਂਡ ਥੱਲੋਂ ਖਿਸਕ ਚੁੱਕੀ ਹੈ, ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ। ਨਹੀਂ ਤਾਂ ਹਮੇਸ਼ਾ ਸਰਕਾਰਾਂ ਦਾ ਇੰਨਾ ਪ੍ਰਭਾਵ ਹੁੰਦਾ ਕਿ ਓਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਿਲ ਹੁੰਦੇ ਨੇ। ਇੱਥੇ ਸਾਡੇ ਕੋਲ ਕੈਂਡੀਡੇਟ 1-1 ਪਿੰਡ 'ਚੋਂ 2-2, 3-3 ਨੇ, ਇਹਨਾਂ ਕੋਲ ਬੰਦਾ ਕੋਈ ਨਹੀਂ। ਇਹਨਾਂ ਦੇ MLA, ਮੇਰੀ ਇਹ ਵੀ ਗੱਲ ਹੈ ਕਿ ਚੰਗੀ ਤਰ੍ਹਾਂ ਸੁਣ ਲਓ, ਪਹਿਲੀ ਗੱਲ ਤਾਂ ਇਹਨਾਂ ਦਾ MLA ਕੋਈ 1 ਅੱਧਾ, 1 MLA ਇਹਨਾਂ ਦਾ ਇਹੋ ਜਿਹਾ ਜਿਹਨੇ 5-7 ਸੈਕਟਰੀ ਪਿਛਲੇ 4 ਦਿਨਾਂ ਦੇ ਘਰ ਹੀ ਸੁਆਏ ਨੇ, ਉਹਨਾਂ ਨੂੰ ਬਕਾਇਦਾ ਤੌਰ ਜਿਸ ਤਰ੍ਹਾਂ ਚੁੱਕ ਕੇ ਕਿਸੇ ਨੂੰ ਆਪਣੀ ਹਿਫਾਜ਼ਤ 'ਚ ਰੱਖ ਲਈ, ਬਾਕੀਆਂ ਨੇ ਦੁਕਾਨ ਖੋਲ ਲਈ। ਇਹ ਮੇਰਾ ਓਪਨ ਚਾਰਜ ਹੈ, ਕਰੋੜਾਂ ਰੁਪਈਏ ਚੇਂਜ ਦੇ ਆ ਚੇਂਜਿੰਗ ਹੈਂਡਸ। ਪਹਿਲੇ ਤਾਂ ਜਿੱਥੇ ਰੈਜ਼ਰਵੇਸ਼ਨਾਂ ਹੋਈਆਂ ਉਹਨਾਂ ਕੋਲ ਪੈਸੇ ਲਏ ਗਏ ਨੇ, ਮੈਂ ਸਾਰੇ ਅਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ, ਕੋਈ 1 ਨੂੰ ਨਹੀਂ ਛੱਡ ਰਿਹਾ। ਰੈਜ਼ਰਵੇਸ਼ਨ ਕਰਨ ਦੇ ਪੈਸੇ, ਫਿਰ ਰੈਜ਼ਰਵੇਸ਼ਨ ਰੋਕਣ ਦੇ ਪੈਸੇ, 3-3 ਬੰਦਿਆਂ ਕੋਲ 1-1 ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਹਾਰੇ ਅਤੇ ਜਿੱਤੇ ਨੇ। ਜਿੱਤਿਆ ਤਾਂ ਕੋਈ 1-1 ਹੀ ਹੈ, ਬਟ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਹੈ, ਇਹਨਾਂ ਨੇ ਦੁਕਾਨ ਖੋਲ੍ਹੀ। ਮੈਂ ਸਮਝਣਾ ਇਹਦੇ ਨਾਲੋਂ ਚੰਗਾ ਸੀਜ਼ਨ ਇਹਨਾਂ ਵਾਸਤੇ ਹੋਰ ਕੋਈ ਨਹੀਂ। ਨਹੀਂ, DC ਸਾਹਿਬ ਤਾਂ ਇੱਥੇ ਹੀ ਸਨ, DC ਸਾਹਿਬ ਗਾਇਬ ਨਹੀਂ ਹੋਏ, ਪਰ DC ਸਾਹਿਬ ਦੀ ਜਿਹੜੀ ਇੱਕ ਅਥਾਰਿਟੀ ਹੁੰਦੀ ਉਹ ਗਾਇਬ ਸੀ, ਜਿਸ ਅਥਾਰਿਟੀ ਨਾਲ ਡਿਪਟੀ ਕਮਿਸ਼ਨਰ ਆਰਡਰਸ ਕਰਦਾ। ਹੁਣ ਡਿਪਟੀ ਕਮਿਸ਼ਨਰ 2 ਦਿਨ ਹੋ ਗਏ ਨੇ ਰੰਧਾਵਾ ਸਾਹਿਬ ਨੂੰ, ਮੈਂਬਰ ਆਫ ਪਾਰਲੀਮੈਂਟ ਨੂੰ, ਤੁਹਾਡੇ ਦਾਸ ਨੂੰ ਜਿਹੜਾ CLP ਦਾ ਲੀਡਰ ਹੈ, ਬਾਜਵਾ ਸਾਹਿਬ ਨੂੰ, ਸਤਿਪੁਰ ਰਜਿੰਦਰ ਸਿੰਘ ਹੁਣਾਂ ਨੂੰ ਅਤੇ ਪਾੜਾ ਸਾਹਿਬ ਨੂੰ 2 ਦਿਨ ਹੋ ਗਏ ਨੇ, ਇਹਨਾਂ ਦੇ ਕਹਿਣ 'ਤੇ ਸੈਕਟਰੀ ਨਹੀਂ ਅਜੇ ਦਫ਼ਤਰਾਂ 'ਚ ਬਹਿ ਰਹੇ। ਅਤੇ ਕੀ ਪੰਜਾਬ ਦੇ ਲੋਕ ਆਸ ਉਮੀਦ ਕੋਈ ਕਰ ਸਕਦੇ? ਐਂਡ ਅਨਫੋਰਚੁਨੇਟਲੀ ਦੂਜੇ ਪਾਸੇ ਵੇਖੋ, 1 ਇਹਨਾਂ ਦਾ ਜੈਤੋ ਦਾ MLA ਜਿਹਨੇ ਸਟੇਜ ਤੋਂ ਗੱਲ ਕਹੀ ਹੈ ਕਿ ਮੈਂ ਜਿਹਨੂੰ ਐਲਾਨ ਕਰੂੰਗਾ ਬਾਕੀਆਂ ਨੂੰ ਬਹੁਤ ਫਟਫਟ ਦਫ਼ਤਰਾਂ 'ਚੋਂ ਬਾਹਰ ਸੁੱਟਾਂਗੇ। ਅਤੇ ਅੱਜ ਹਰਪਾਲ ਚੀਮੇ ਦੀ ਲੀਡਰਸ਼ਿਪ ਦੇ ਥੱਲੇ 5-4 ਬੰਦਿਆਂ ਦਾ ਵਫਦ 12:30 ਇਲੈਕਸ਼ਨ ਕਮਿਸ਼ਨ ਨੂੰ ਉੱਥੇ ਮਿਲਣ ਗਿਆ ਸੀ ਕਿ ਓਪੋਜੀਸ਼ਨ ਦੇ ਵਿੱਚੋਂ ਮਦਾਖਲਤ ਹੋ ਰਹੀ। ਤੁਸੀਂ ਵੇਖੋ, ਉਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਸੇਫਗਾਰਡ ਕਰਨ ਵਾਸਤੇ, ਦੱਸਣ ਵਾਸਤੇ ਕਿ ਇੱਕ ਜਿਹੜਾ ਦਫ਼ਤਰ ਹੈ ਕੱਲ੍ਹ ਨੂੰ ਜਿਹਦੇ 'ਤੇ ਚਾਰਜਸ ਲੱਗਣੇ ਨੇ ਕਿ ਪੰਜਾਬ ਦੀਆਂ ਫਜਡ ਇਲੈਕਸ਼ਨਸ, ਬਕਾਇਦਾ ਤੌਰ ਫਜ ਕੀਤੀਆਂ ਹੋਈਆਂ ਪੰਚਾਇਤ ਦੀਆਂ ਇਲੈਕਸ਼ਨਸ ਨੂੰ, ਕਿ ਇਹ ਓਪੋਜੀਸ਼ਨ ਨੇ ਜੋ ਚਾਰ ਲਾਣਾ, ਅਸੀਂ ਗੱਲ ਕਹੀਏ ਕਿ ਅਸੀਂ ਤਾਂ ਵੇਖੋ ਜੀ ਓਪੋਜੀਸ਼ਨ ਧੱਕਾ ਕਰ, ਕਦੀ ਓਪੋਜੀਸ਼ਨ ਵੀ ਧੱਕਾ ਕਰ ਸਕਦੀ? ਅਸੀਂ ਤਾਂ ਫਰਿਆਦ ਲੈ ਕੇ ਆਏ ਹਾਂ, ਕੋਈ ਫਰਿਆਦ ਸੁਣਨ ਵਾਲਾ ਬੰਦਾ ਹੈ ਨਹੀਂ। ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਹੈ ਕਿ ਤੁਹਾਡੇ ਸਾਹਮਣੇ ਹੈ, ਇਹਨਾਂ ਨੇ ਜੋ ਜੋ ਕਿਹਾ
ਹਮੇਸ਼ਾ ਫਰੋਡ ਕੀਤਾ, ਝੂਠ ਬੋਲਿਆ। ਜੇ ਪੰਚਾਇਤਾਂ ਜੇ ਕਰਨਗੇ ਤਾਂ ਅੱਗੇ ਮਿਊਂਸਪੈਲਿਟੀਆਂ ਅਤੇ ਕਾਰਪੋਰੇਸ਼ਨਾਂ 'ਚ ਕੀ ਤੁਸੀਂ ਆਸ ਉਮੀਦ ਇਹਨਾਂ ਤੋਂ ਕਰ ਸਕਦੇ? ਸੋ ਸਾਨੂੰ ਕੋਈ ਆਸ ਨਾ ਉਮੀਦ ਭਗਵੰਤ 'ਤੇ ਹੈ, ਨਾ ਇਹਦੀ ਸਰਕਾਰ 'ਤੇ ਹੈ, ਨਾ ਇਹਨਾਂ ਦੀ ਐਡਮਿਨਿਸਟ੍ਰੇਸ਼ਨ 'ਤੇ ਹੈ। ਬਸ ਇਹ ਲੱਗਦਾ ਨਹੀਂ ਅਫਸਰਾਂ ਨਤੀਜੇ ਭੁਗਤਣੇ ਪੈਣਗੇ ਸਰਕਾਰਾਂ ਦੇ? ਚਲੋ ਜਦੋਂ ਬਦਲਣਗੇ ਉਦੋਂ ਤਾਂ ਭੁਗਤਣੇ ਪੈਣਗੇ ਹੀ, ਉਹ ਤਾਂ ਕੋਈ ਦੋ ਰਾਏ ਨਹੀਂ ਜੀ। ਹਾਂਜੀ, ਚੱਲ ਰਹੀ ਹੈ ਤੁਹਾਨੂੰ ਪਤਾ ਸਾਰੇ ਹੀ ਸਰਪੰਚੀਆਂ ਦੀ ਅਤੇ ਮੈਂਬਰ ਪੰਚਾਇਤ ਦੀ ਕੋਲ, ਉਹਦੇ ਮੁਤਾਬਕ ਜਿਹੜੇ ਉੱਥੇ ਸੈਕਟਰੀ ਜਿਹੜੇ ਦਫ਼ਤਰਾਂ 'ਚ ਬਹਿਣੇ ਨਹੀਂ ਉਹ ਬਹਿ ਨਹੀਂ ਰਹੇ, ਅਤੇ ਉਹਨਾਂ ਨੂੰ ਐਂ ਲੱਗਦਾ ਉਹ ਜਿਹੜੇ ਝਾੜੂ ਵਾਲੇ ਆ ਹਰੇ ਹੋਏ ਉਹਨਾਂ ਦੇ ਘਰਾਂ 'ਚ ਬੈਠੇ ਆ ਵੀ ਅਸੀਂ ਜਿਹੜੇ ਆ ਸਾਈਨ ਨਹੀਂ ਕਰਨੀ। ਸੋ ਇਹਨਾਂ ਨੂੰ ਐਂ ਲੱਗਦਾ ਵੀ ਸਾਈਨ ਨਹੀਂ ਕਰਨਗੇ ਤਾਂ ਫਿਰ ਇੱਥੇ ਕਿਹੜਾ ਵੀ ਹਨੇਰਾ ਹੋ ਜਾਣਾ, ਆਪਣੀ ਕਰਤੂਤ ਪਤਾ ਵਾ, ਇਸ ਕਰਕੇ ਉੱਥੇ ਬਹਿ ਨਹੀਂ ਰਹੇ। ਸਰਕਾਰ ਦੇ ਵਿੱਚ ਬੰਦਾ ਹੋਵੇ ਅਤੇ ਸੈਕਟਰੀ ਲੁਕਾਉਣੇ ਪੈ ਜਾਣ, ਇਹਨਾਂ ਨੂੰ ਤਾਂ ਚਾਹੀਦਾ ਸਰਕਾਰ 'ਚ ਇਹਦੇ ਸੈਕਟਰੀ ਤੌਰ ਨਾਲ ਬੈਠੇ ਆ ਅਤੇ ਭਰਾ ਕੇ ਦੱਸੋ ਕਾਗਜ਼, ਅਸੀਂ ਭਰਾ ਕੇ ਦੱਸ ਦੇ, ਨਾਲੇ ਅਸੀਂ ਹੁਣ ਵੀ ਭਰਾਉਣੇ ਆ, ਸਭ ਕੁਝ ਕਰਨਾ, ਸਾਰੇ ਟੈਕਨੀਕਲੀ ਸਾਨੂੰ ਪਤਾ ਆ। ਪਰ ਇਹ ਆਪਣਾ ਰਾਈਟ ਆ ਕਿ ਜਿਹੜੇ ਸੈਕਟਰੀ ਆ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਉਣੀ। ਥੋੜ੍ਹੀ ਦੇਰ ਤੱਕ ਵੀਡੀਓ ਦਫ਼ਤਰ ਜਾ ਕੇ ਸਾਰੇ ਅਫਸਰ ਜਿਹੜੇ ਸੈਕਟਰੀ ਵੀ ਆ ਗੈਰ ਹਾਜ਼ਰ ਨੇ ਉਹ ਸਾਰੇ ਵੀਡੀਓਗ੍ਰਾਫੀ ਕਰਾਊਂਗਾ, ਸਾਰੇ ਜੋ ਮੈਂ ਡੀ ਸੀ ਏ ਡੀ ਸੀ ਐਸ ਡੀ ਓ ਸਾਰਿਆਂ ਨੂੰ ਰਿਟਰਨ 'ਚ ਜੋ ਮੇਰੇ ਵਟਸਐਪ 'ਤੇ ਗਏ ਆ, ਜੋ ਮੈਂ ਰਿਟਰਨ ਦਿੱਤਾ ਆ, ਉਹ ਇਸ ਕਰਕੇ ਮੈਂ ਸਾਰਾ ਮਟੀਰੀਅਲ ਇਕੱਠਾ ਕਰਿਆ। 22 ਨੇਮ ਸਾਰੇ ਅਫਸਰ ਔਰ ਸੈਕਟਰੀ ਜਿਹੜੇ ਉਹਨਾਂ ਦੀ ਲੋਕੇਸ਼ਨ, ਇਹਨਾਂ ਦਾ ਜਿਹੜਾ ਉਹ ਹਾਈ ਕੋਰਟ ਇਹਨਾਂ ਦੇ ਖਿਲਾਫ਼ ਜਾਵਾਂਗਾ। ਜ਼ਿਲ੍ਹਾ